ਮੋਢੇ ਉੱਤੇ ਲੋਈਏ, ਮੋਢੇ ਉੱਤੇ ਲੋਈਏ, ਮੋਢੇ ਉੱਤੇ ਲੋਈਏ, ਜਿਹਦੇ ਲੜੇ ਤਵੱਜੋ, ਜਿਹਦੇ ਲੜੇ ਅਸੀਂ ਲੱਗਿਆ, ਉਹਨ ਵਰਗਾ ਨਾ ਕੋਈ, ਜਿਹਦੇ ਲੜੇ ਅਸੀਂ ਲੱਗਿਆ, ਉਹਨ ਵਰਗਾ ਨਾ ਕੋਈ। ਨਾਤ ਸੁਣਾਉਣ ਲੱਗਾ ਹੂੰ, ਔਰ ਇਹ ਦੁਆ ਹੈ ਕਿ ਅੱਲਾਹ ਹਮੇਂ ਆਪਣੇ ਮੁਸਤਫਾ ਕਾ ਖਾਬ ਮੇ ਦੀਦਾਰ ਨਸੀਬ ਫਰਮਾ ਦੇ। ਤੋ ਮੈਂ ਆਪਕੀ ਸੁਬਹਾਨ ਅੱਲਾਹ ਸੇ ਪਤਾ ਚਲੇਗਾ ਕਿ ਕੌਣ ਕੌਣ ਚਾਹਤ ਰੱਖਤਾ ਹੈ ਕਿ ਖਾਬ ਮੇ, ਬੇਦਾਰੀ ਮੇ ਤੋ ਹਮਾਰਾ ਈਮਾਨ ਨਹੀਂ ਹੋ ਸਕਤਾ, ਖਾਬ ਮੇ ਅੱਲਾਹ ਆਪਣੀ ਰਹਿਮਤ ਕਰਕੇ ਹਮੇ ਆਪਣੇ ਮਹਬੂਬ ਕਾ ਦੀਦਾਰ ਕਰਾ ਸਕਤਾ ਹੈ। ਮੈਂ ਆਪਕੋ ਨਾਤ ਸੁਣਾਉਣੇ ਲੱਗਾ ਹੂੰ, ਆਪਨੇ ਬੜੀ ਤਵੱਜੋ ਕੇ ਸਾਥ ਔਰ ਬੇਦਾਰੀ ਕੇ ਸਾਥ ਸੁਣਨਾ ਹੈ, ਔਰ ਸੁਬਹਾਨ ਅੱਲਾਹ ਕੀ ਛਲ ਆਣੀ ਚਾਹੀਏ। ਯਾ ਰੱਬ ਹਮੇਂ ਕਰਾ ਦੇ, ਯਾ ਰੱਬ ਹਮੇਂ ਕਰਾ ਦੇ, ਸੁਬਹਾਨ ਅੱਲਾਹ ਨਹੀਂ ਆਈ। ਯਾ ਰੱਬ ਹਮੇਂ ਕਰਾ ਦੇ, ਕਾਜ਼ੀ ਭਾਈ, ਯਾ ਰੱਬ ਹਮੇਂ ਕਰਾ ਦੇ ਦੀਦਾਰ ਮੁਸਤਫਾ ਕਾ, ਯਾ ਰੱਬ ਹਮੇਂ ਕਰਾ ਦੇ ਦੀਦਾਰ ਮੁਸਤਫਾ, ਜਾਣਤਾ ਹੈ ਦਿਲ ਹੈ, ਤੂੰ ਹੀ ਜਾਣਤਾ ਹੈ ਦਿਲ ਹੈ, ਦੀਵਾਨਾ ਮੁਸਤਫਾ ਕਾ, ਤੂੰ ਹੀ ਜਾਣਤਾ ਹੈ ਦਿਲ ਹੈ, ਦੀਵਾਨਾ ਮੁਸਤਫਾ ਕਾ, ਯਾ ਰੱਬ ਹਮੇ ਮੁਸਤਫਾ ਕਾ, ਯਾ ਰੱਬ ਹਮੇਂ ਕਰਾ ਦੇ ਦੀਦਾਰ ਮੁਸਤਫਾ ਕਾ, ਯਾ ਰੱਬ ਹਮੇਂ ਕਰਾ ਦੇ। ਤਵੱਜੋ ਕੇ ਸਾਥ, ਲੇਕਿਨ ਹਮੇ ਦਿਖਾ ਦੇ, ਲੇਕਿਨ ਹਮੇ ਦਿਖਾ ਦੇ ਘਰ ਬਾਰ ਮੁਸਤਫਾ ਕਾ, ਯਾ ਰੱਬ ਹਮੇ ਕਰਾ ਦੇ ਦੀਦਾਰ ਮੁਸਤਫਾ ਕਾ,
ایک یاری قاضی حذیفہ بھائی دی ہے، ایک یاری میری ہے، ایک یاری تہاڈی ہے، ایک یاری جیڑی ہے عبدالعظیم ربانی صاحب دی ہے، ایک یاری فدار مان طیب صاحب دی ہے۔ دو یاریاں کیسیاں نے چیک کرے ہو جی، کیا یاریاں گئے یارو، کیا یاریاں گئے یارو، دو یاریاں تو اپنی ماں عائشہ دے نال جڑا محبت کرتا ہے، آخری جملہ میری ناد دا، اپنی ماں دے نال جڑا پیار کرتا ہے وہ سبحان اللہ کہے گا کیا شان ہے اس گھر کی، اس حجرے دی ماں عائشہ دی، وہ گالیاں کرتا تھکتا نہیں۔ اسی سبحان اللہ کہنے لگے شرمانے ہاں، بیداری چاہیے۔ وہ کریں گے ماں کرا۔